ਤੁਹਾਡਾ ਆਪਣਾ ਹੋਸਟ ਬਾਬਾ ਜੀ ਪੰਜਾਬੀ ਬਾਬਾ ਇਨ ਫਰੀਮੌਂਟ ਦੇ ਵਿੱਚ ਮੈਂ ਇਸ ਵਕਤ ਯੋਗਰਟਲੈਂਡ ਦੇ ਵਿੱਚ ਪਹੁੰਚਿਆ ਵਾਂ ਦੁਨੀਆ ਦੇ ਵਿੱਚ ਵਾਹਿਦ ਇਹ ਮੈਂ ਕਹਾਂਗਾ ਚੇਨ ਹੋਏਗੀ ਦੁਨੀਆ ਦੇ ਵਿੱਚ ਤੁਹਾਨੂੰ ਕੋਈ 18 ਕਿਸਮ ਦਾ ਦਹੀਂ ਇੱਥੇ ਮਿਲਣਾ ਤਾਂ ਮੈਂ ਦਹੀਂ ਖਾਣ ਲਈ ਆਇਆ ਔਰ ਹਰ ਦਹੀਂ ਜਿਹੜਾ ਉਹਦਾ ਅਲੱਦਾ ਅਲੱਦਾ ਟੇਸਟ ਹੈ ਅਲੱਦਾ ਅਲੱਦਾ ਇਹਨਾਂ ਦੀ ਪਹਿਚਾਣ ਯੋਗਰਟਲੈਂਡ ਵਾਲਿਆਂ ਦੀ ਜਿਹੜੀ ਫਰੀਮੌਂਟ ਦੇ ਵਿੱਚ ਇਹਨਾਂ ਦੀ ਦੁਕਾਨ ਆ 4069 ਇਹ 4069 ਇਹਨਾਂ ਦੀ ਦੁਕਾਨ ਦਾ ਨੰਬਰ ਹੈ ਫਰੀਮੌਂਟ ਦੇ ਵਿੱਚ ਮੇਨ ਰੋਡ ਦੇ ਉੱਤੇ ਆਓ ਚੱਲਦੇ ਹਾਂ ਅੰਦਰ ਜ਼ਰਾ ਪੂਰੀ ਦੁਨੀਆ ਦੀ ਕੈਂਡੀਜ਼ ਜਿਹੜੀਆਂ ਨੇ ਇਕੱਠੀਆਂ ਕਰਕੇ ਉਹਨਾਂ ਨੇ ਇੱਥੇ ਰੱਖੀਆਂ ਨੇ ਕਿ ਤੁਸੀਂ ਜੋ ਕੁਛ ਦਹੀਂ ਦੇ ਪਾ ਕੇ ਖਾਣਾ ਉਹ ਤੁਹਾਡੇ ਲਈ ਮੌਜੂਦ ਹੈ 3 3 6 3 9 3 12 3 15 18 21 21 ਕਿਸਮ ਦੀਆਂ ਤੁਹਾਡੇ ਕੋਲ ਜਿਹੜੀਆਂ ਨੇ ਕੈਂਡੀਆਂ ਨੇ ਔਰ ਉਸ ਤੋਂ ਬਾਅਦ ਤੁਹਾਨੂੰ ਮਿਲੇਗਾ ਜਿਹੜੇ ਫਰੈਸ਼ ਫਰੂਟਸ ਨੇ ਚੈਰੀਜ਼ ਨੇ ਉਹ ਉਹਦੇ ਉੱਤੇ ਸਾਰੀ ਡਰੈਸਿੰਗ ਕਰਕੇ ਤੁਸੀਂ ਇਹਦੇ ਉੱਤੇ ਖਾ ਸਕਦੇ ਹੋ ਆਓ ਜੀ ਇੱਥੋਂ ਪਹਿਲੇ ਤੋਂ ਟੇਸਟ ਕਰਦੇ ਹਾਂ ਚੋਕਲੇਟ ਮਿਕਸ ਔਰ ਸਟ੍ਰਾਬਰੀ ਔਰ ਮਾਲਟੇ ਦਾ ਇਕੱਠਾ ਉਸ ਤੋਂ ਬਾਅਦ ਆ ਗਿਆ ਜੀ ਚਿਓਰੋ ਇਹ ਪਤਾ ਨਹੀਂ ਕੀ ਹੈ ਜੀ ਇੱਥੇ ਦਾ ਉਸ ਤੋਂ ਬਾਅਦ ਆ ਗਿਆ ਡਚ ਚੋਕਲੇਟ ਜੀ ਚੋਕਲੇਟ ਲਓ ਜੀ ਅਤੇ ਅੱਗੇ ਆ ਗਿਆ ਜੀ ਮੇਰਾ ਹਾਟ ਫੇਵਰੇਟ ਮੈਂਗੋ ਮੈਂਗੋ ਤੋਂ ਬਾਅਦ ਪਿਸਤਾਸ਼ਿਓ ਫਿਰ ਉਸ ਤੋਂ ਬਾਅਦ ਆ ਗਿਆ ਜੀ ਸਾਲਟਿਡ ਕੈਰਮਲ ਪੀਸ ਔਰ ਮੈਡਾਗਾਸਕਰ ਵੈਨੀਲਾ ਆਈ ਲਵ ਲਓ ਜੀ ਇਹ ਹੋ ਗਿਆ ਪੂਰਾ ਮੇਰਾ ਪੰਜ ਤਿਆਰ ਹੋ ਗਿਆ ਇਹ ਸਾਰਾ ਦਾ ਸਾਰਾ ਦਹੀਂ ਹੈ ਸਾਰਾ ਕਿੰਨੇ ਨੇ ਦਹੀਂ ਦੇ ਕਿੰਨੇ ਫਲੇਵਰ ਬਣਾ ਰੱਖੇ ਨੇ ਸਾਨੂੰ ਘੁਮਾਇਆ ਖਾ ਖਾ ਕੇ ਰੱਖਿਆ ਹੈ ਖਾਣਾ ਹੀ ਪੈਣਾ ਇਕਬਾਲ ਸਿੰਘ ਵੀਰ ਜੀ ਨੇ ਇਹਨਾਂ ਦੇ ਇਨਵੀਟੇਸ਼ਨ 'ਤੇ ਮੈਂ ਇੱਥੇ ਅੱਜ ਪਹੁੰਚਿਆ ਵਾਂ ਅਤੇ ਡਾਕਟਰ ਸਾਹਿਬ ਤੁਸੀਂ ਅਗਰ ਦੇਖ ਰਹੇ ਹੋ ਤਾਂ ਅਸੀਂ ਤੁਹਾਡੇ ਆ ਗਏ ਦੁਬਾਰਾ ਹਾਂਜੀ ਫ੍ਰੀ ਮੋਡ ਦੇ ਵਿੱਚ ਪਹੁੰਚ ਗਏ ਜਨਾਬ ਨੇੜੇ ਨੇੜੇ ਹੈਗੇ ਹਾਂ ਅਤੇ ਨਹੀਂ ਜਾਣਾ ਤਾਂ ਆ ਜਾਓ ਮੈਨੂੰ ਤੁਹਾਡਾ ਆਪਣਾ ਹੋਸਟ ਬਾਬਾ ਜੀ